150 ਕਿੱਲਾ ਪ੍ਰੋਪਰਟੀ ਹੈ, 3 ਮੋਟਰ ਕਨੈਕਸ਼ਨ ਇਸ ਪ੍ਰੋਪਰਟੀ 'ਚ ਪਏ। ਕੰਪਨੀ ਦੀ ਪ੍ਰੋਪਰਟੀ ਹੋਣ ਕਰਕੇ ਐਜ਼ ਇਟ ਇਜ਼ ਪ੍ਰੋਪਰਟੀ ਵਿਹਲੀ ਪਈ ਹੈ। ਇਹਦੀ ਜਿਹੜੀ ਕੀਮਤ ਹੈ ਬਿਲਕੁਲ ਜੈਨੂਨ ਹੈ। ਪਹਾੜ ਦੇ ਪੈਰਾਂ ਦੇ ਵਿੱਚ ਇਹ ਪ੍ਰੋਪਰਟੀ ਹੈ, ਅੱਗੇ ਹਿਮਾਚਲ ਸ਼ੁਰੂ ਹੋ ਜਾਂਦਾ। 4 ਕਰਮ ਦਾ ਰਸਤਾ ਤੁਸੀਂ ਵਿੱਚੋਂ ਦੇਖ ਸਕਦੇ ਹੋ, ਜਿਹੜਾ ਪ੍ਰੋਪਰ ਚੱਲਦਾ ਹੈ। ਵਾਹਨ ਵਗੈਰਾ ਇੱਥੇ ਚਲੇ ਰਹਿੰਦੇ, ਵਹੀਕਲ ਇੱਥੇ ਤੁਰੇ ਰਹਿੰਦੇ ਹੈ। ਦੂਰ ਦੂਰ ਤੱਕ ਤੁਸੀਂ ਨਜ਼ਰ ਮਾਰ ਲਓ, 150 ਕਿੱਲਾ ਇਹ ਪ੍ਰੋਪਰਟੀ ਹੈ। ਹਾਏ ਦੋਸਤੋ, ਮੈਂ ਦੀਪਕ ਰਾਣਾ, ਡੀ ਕੇ ਪ੍ਰੋਪਰਟੀਆਂ ਕੰਸਟਰਕਸ਼ਨ ਦੇ ਚੈਨਲ 'ਤੇ ਤੁਹਾਡੇ ਨਾਲ ਰੂਬਰੂ ਹਾਂ। ਅੱਜ ਮੈਂ ਤੁਹਾਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਗੜਸ਼ੰਕਰ ਸ਼ਹਿਰ ਦੇ ਵਿੱਚ ਲੈ ਗਿਆ। ਗੜਸ਼ੰਕਰ ਤਹਿਸੀਲ ਤੋਂ ਲਗਭਗ 6-7 ਕਿਲੋਮੀਟਰ ਦੇ ਡਿਸਟੈਂਸ 'ਤੇ 150 ਕਿੱਲੇ ਦਾ ਇੱਕ ਮੈਂ ਤੁਹਾਨੂੰ ਟੱਕ ਦਿਖਾਉਣਾ ਆ। 150 ਕਿੱਲੇ ਦਾ ਟੱਕ ਹੈ ਔਰ 3 ਮੋਟਰ ਕਨੈਕਸ਼ਨ ਹੈ, ਵੱਡੀ ਕੱਛ ਦੀ ਮਿਣਤੀ ਹੈ। ਆਹ ਰੋਡ ਤੁਸੀਂ ਦੇਖ ਸਕਦੇ ਹੋ, ਇਸ ਰੋਡ ਦੇ ਬੋਥ ਸਾਈਡ, ਦੋਨੋਂ ਸਾਈਡ ਇਹ ਜਿਹੜੀ ਪ੍ਰੋਪਰਟੀ ਜਿਹੜੀ ਮੌਜੂਦ ਹੈ। ਹਲਕਾ ਜਿਹਾ ਜਿਹੜਾ ਇਹ ਪ੍ਰੋਪਰਟੀ ਨੂੰ ਮੇਨਟੇਨੈਂਸ ਕਰਨ ਵਾਲਾ ਥੋੜ੍ਹੀ ਦੇਖ ਰੇਖ ਪ੍ਰੋਪਰਟੀ ਨਹੀਂ ਹੋਈ, ਔਰ ਵੈਸੇ ਪਲੇਨ ਹੈ ਜ਼ਮੀਨ, ਪਰ ਥੋੜ੍ਹਾ ਇਹਦੇ ਵਿੱਚ ਮੈਂਟੇਨੈਂਸ ਇਹਨੂੰ ਕਰਨ ਦੀ ਜ਼ਰੂਰਤ ਹੈ। ਬਰਾਨੀ ਪਈ ਹੈ ਮੋਟਰ ਕਨੈਕਸ਼ਨ ਵਿੱਚ ਇਸ ਪ੍ਰੋਪਰਟੀ ਦੇ, ਕਿਉਂਕਿ ਜੈਨੂਨ ਰੇਟ 'ਤੇ ਪ੍ਰੋਪਰਟੀ ਹੈ, ਬਿਲਕੁਲ ਜੈਨੂਨ ਰੇਟ ਹੈ ਇਸ ਪ੍ਰੋਪਰਟੀ ਦਾ। ਆਓ ਮੈਂ ਪਹਿਲੇ ਤੁਹਾਨੂੰ ਪ੍ਰੋਪਰਟੀ ਦੀ ਜਿਹੜੀ ਵਿਊ ਦਿਖਾਵਾਂ। ਆਹ ਜਿਹੜਾ ਦੇਖ ਸਕਦੇ ਹੋ ਤੁਸੀਂ ਰੋਡ ਦੇ ਦੋਨੋਂ ਸਾਈਡ, ਦੂਰ ਦੂਰ ਤੱਕ ਤੁਸੀਂ ਨਜ਼ਰ ਮਾਰ ਲਓ, 150 ਕਿੱਲਾ ਇਹ ਪ੍ਰੋਪਰਟੀ ਹੈ। ਇਸੇ ਤਰੀਕੇ ਦੇ ਨਾਲ ਲੈਫਟ ਸਾਈਡ ਤੁਸੀਂ ਦੇਖ ਸਕਦੇ ਹੋ, ਪਹਾੜ ਦੇ ਪੈਰਾਂ ਦੇ ਵਿੱਚ ਇਹ ਪ੍ਰੋਪਰਟੀ ਹੈ, ਅੱਗੇ ਹਿਮਾਚਲ ਸ਼ੁਰੂ ਹੋ ਜਾਂਦਾ। ਅੱਗੇ ਤੱਕ ਪ੍ਰੋਪਰਟੀ ਤੁਸੀਂ ਵਿਊ ਦੇਖ ਸਕਦੇ ਹੋ। ਡੇਢ ਸੌ ਕਿੱਲਾ ਪ੍ਰੋਪਰਟੀ ਹੈ, 3 ਮੋਟਰ ਕਨੈਕਸ਼ਨ ਇਸ ਪ੍ਰੋਪਰਟੀ 'ਚ ਪਏ। ਕੰਪਨੀ ਦੀ ਪ੍ਰੋਪਰਟੀ ਹੋਣ ਕਰਕੇ ਐਜ਼ ਇਟ ਇਜ਼ ਪ੍ਰੋਪਰਟੀ ਵਿਹਲੀ ਪਈ ਹੈ, ਵੱਡੀ ਕੱਛ ਦੀ ਮਿਣਤੀ ਹੈ। 4 ਕਰਮ ਦਾ ਰਸਤਾ ਤੁਸੀਂ ਵਿੱਚੋਂ ਰਸਤਾ ਤੁਸੀਂ ਦੇਖ ਸਕਦੇ ਹੋ, ਜਿਹੜਾ ਪ੍ਰੋਪਰ ਚੱਲਦਾ ਹੈ। ਵਾਹਨ ਵਗੈਰਾ ਇੱਥੇ ਚਲੇ ਰਹਿੰਦੇ, ਵਹੀਕਲ ਇੱਥੇ ਤੁਰੇ ਰਹਿੰਦੇ ਹੈ, ਔਰ ਬਿਲਕੁਲ ਫੈਂਸਿੰਗ ਇਸ ਪ੍ਰੋਪਰਟੀ ਦੀ ਹੋਈ ਹੈ।
ਹਲਕਾ ਜਿਹਾ ਮੈਂਟੇਨੈਂਸ ਇਹਨੂੰ ਕਰਕੇ ਪ੍ਰੋਪਰ ਤਰੀਕੇ ਨਾਲ ਵਾਹੀਯੋਗ ਪ੍ਰੋਪਰਟੀ ਹੈ। ਜਿਹੜੇ ਮੇਰੇ ਅਮੀਰ ਇੰਟਰਸਟਡ ਆ ਉਹ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਇਹਦੀ ਜਿਹੜੀ ਕੀਮਤ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖ ਦਿਆਂਗਾ। ਕਿਸੇ ਵੀ ਤਰੀਕੇ ਦੀ ਪ੍ਰੋਪਰਟੀ ਸੇਲ ਕਰਨੀ ਹੋ ਤਾਂ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ ਜੀ।